सत श्री अकाल जी सारिआं नूं। अज सारिआं कट्ठीआं वीडियो बना दिंदीआं ने क्योंकि साडा जिहड़ा कैमरामैन आ उहनां नूं बहुत दिनां बाद मिलदा सानूं मौका दिंदा गा, इस करके अज सोचिआ वी यार जिन्नीआं वीडियो बनाउणीआं कट्ठीआं बना दईए ते बाद च आदा टौहर नाल हौली कम्म करी जावांगे ना जिहड़ा कम्म करन वाला बाग दे विच। मसा लभदा हरविंदर सिंह सिद्धू सानूं ते बाकी कैमरामैन वी बिजी ने सारे आपदी पढ़ाई दे विच कोई कम्म करन दे विच। मेन गल की है जी, आपां अज गल करनी आ बेरी दी। बेरी लगभग बेर खवा चुकी आपां नूं सारे जी, माड़े जानी डिगे तो कोई है नहीं थले, कोई एक अद्धा जिहड़ा तोते ने टुक्या उह डिग पिया। गल की करनी है जिहड़ी जानी कि बेरी आ जिहड़ी इह संगणी कदों आ। कई वीर की करदे ने जदों बेर खा लैंदे ने जां बेर डिग डुग पैंदे ने, बेरी देख लैंदे ने बेरी खाली होगी ते नाल दी नाल बेरी नूं सांग दिंदे आ, नाल दी नाल बेरी नूं कट दिंदे आ। पहला पॉइंट तां इह आ जी, धन्नवाद करदे जगदेव सिंह समरा जी दा अज इन्हां ने सानूं दस्सिया इहदे बारे, क्योंकि उत्थों ही लैंदे सी बूटे बेरियां, इह बूटे बटे उत्थों ही लैंदे सी सारे। ਵੀ ਜਦੋਂ ਬੇਰੀ ਸੰਗਣੀ ਆ, ਭਾਵੇਂ ਉੱਥੇ ਬੇਰ ਹੈਗੇ ਆ ਭਾਵੇਂ ਨਹੀਂ ਹੈਗੇ, ਵੀ ਬੇਰੀ ਸੰਗਣੀ ਜਾ ਕੇ ਅਪ੍ਰੈਲ ਦੇ ਐਂਡ ਦੇ ਵਿੱਚ ਜਾਂ ਮਈ ਦੇ ਪਹਿਲੇ ਹਫ਼ਤੇ, ਜਾਣੀ ਤੁਸੀਂ ਐਂ ਮੰਨ ਲਓ ਵੀ 27 ਅਪ੍ਰੈਲ 28 ਅਪ੍ਰੈਲ ਤੋਂ ਬਾਅਦ ਅਤੇ 7 ਮਈ ਤੋਂ ਪਹਿਲਾਂ ਪਹਿਲਾਂ ਅਤੇ ਬੇਰੀ ਸੰਗਣੀ ਕਿਉਂ, ਕਾਰਨ ਕੀ ਆ? ਜਿਹੜੀ ਆਪਾਂ ਹੁਣੀ ਬੇਰੀ ਸੰਗ ਦਾਂਗੇ ਉਹ ਤੁਸੀਂ ਐਂ ਦੇਖ ਲਓ ਵੀ ਹੁਣ ਤੋਂ ਹੀ ਹਰੀ ਹੋਣ ਲੱਗ ਗਏ, ਉਹਨਾਂ ਨੇ ਕਿੱਡੀ ਕਿੱਡੀ ਉਹਨੇ ਵਾਝਣ, ਪਰ ਫਿਰ ਉਹ ਕੁਆਲਿਟੀ ਦੇ ਬੇਰ ਨਹੀਂ ਲੱਗਣੇ ਜਿਹੜੀ ਕੁਆਲਿਟੀ ਆਪਾਂ ਨੂੰ ਚਾਹੀਦੀ ਆ, ਜਿਹੜੀ ਜਿੰਨੀ ਪਾਵਰ ਚਾਹੀਦੀ ਆ ਬੂਟੇ ਨੂੰ। ਠੀਕ ਹੈ ਜੀ, ਦੂਜਾ ਪੁਆਇੰਟ, ਪਹਿਲਾ ਪੁਆਇੰਟ ਤਾਂ ਇਹ ਹੋ ਗਿਆ ਜੀ ਵੀ ਸੰਗਣੀ ਕਦੋਂ ਆ, ਅਪ੍ਰੈਲ ਅੱਧ ਅਪ੍ਰੈਲ ਤੋਂ ਬਾਅਦ ਜਾਣੀ ਕਿ ਆਪਣਾ ਅਖੀਰ ਅਪ੍ਰੈਲ ਦੇ ਅਖੀਰ 'ਚ 25-26 ਤੋਂ ਬਾਅਦ ਅਤੇ ਜਾਂ ਮਈ ਦੇ ਪਹਿਲੇ ਹਫ਼ਤੇ। ਠੀਕ ਹੈ ਜੀ, ਦੂਜਾ ਪੁਆਇੰਟ, ਜਦੋਂ ਤੁਸੀਂ ਬੇਰੀ ਸੰਗਣੀ ਆ ਤਾਂ ਥੱਲਿਓਂ ਜਮ੍ਹਾਂ ਥੱਲਿਓਂ ਜੜ੍ਹਾਂ ਤੋਂ ਮੰਨ ਲਓ ਵੀ ਤੁਸੀਂ ਸਿਰਫ 2-2 ਫੁੱਟ 1.5-1.5 ਫੁੱਟ ਟੰਬਾ ਛੱਡਣਾ ਜੀ ਥੱਲਿਓਂ, ਉੱਥੋਂ ਸਿਰਫ ਇੰਨਾ ਕੁ ਛੱਡਣਾ ਬਸ, ਉਈ ਤੁੱਕਾ ਹੀ ਲਾਇਆ ਕਰੋ, ਸਿੱਧਾ ਤੁਸੀਂ ਹਿਸਾਬ ਦੇਸੀ ਹਿਸਾਬ ਲਾਇਆ ਕਰੋ ਵੀ ਇੰਨਾ ਕੀ ਛੱਡਣਾ ਆਪਾਂ। ਉਦੋਂ ਉੱਪਰਲਾ ਸਾਰੀਆਂ ਟਾਹਣੀਆਂ ਵੱਢਦੀਆਂ, ਫਿਰ ਦੇਖੋ ਤੁਸੀਂ ਕੁਆਲਿਟੀ। ਬਸ ਇਹ ਦੋ ਗੱਲਾਂ ਨੇ ਜੀ, ਬਾਹਲੇ ਲੰਬੀਆਂ ਚੌੜੀਆਂ ਗੱਲਾਂ ਕਰਾਂਗੇ ਫਿਰ ਵੀਡੀਓ ਲੰਬੀ ਹੋਈ, ਇਹਦੇ ਫਾਇਦਾ ਨਹੀਂ ਕੋਈ। ਜਾਣੀ ਇੱਕ ਤਾਂ ਤੁਸੀਂ ਹੁਣੀ ਕਾਹਲੀ ਨਹੀਂ ਕਰਨੀ ਸੰਗਣੀ ਨਹੀਂ, ਇੱਕ ਤੁਸੀਂ ਸੰਗਣੀ ਜਮ੍ਹਾਂ ਥੱਲੇ ਹੋ, ਸਿਰਫ ਇੰਨਾ ਕੀ ਛੱਡਣਾ ਟੰਬੇ ਜੀ। ਠੀਕ ਹੈ ਜੀ, ਧੰਨਵਾਦ।